ਜਨਾ ਲੜੋਗੇ ਤੇ ਇੰਜਰੀ ਛੋਟੀ ਹੋਵੇ ਵੱਡੀ ਹੋਵੇ ਟਾਈਮ ਦੇ ਹਿਸਾਬ ਨਾਲ ਰਿਕਵਰ ਜ਼ਰੂਰ ਹੋ ਜਾਂਦੀ ਹੈ ਮੇਰੀ 18 ਮਈ ਨੂੰ ਇੰਜਰੀ ਹੋਈ ਤੇ 20 ਮਈ ਨੂੰ ਮੇਰੇ ਵਰਲਡ ਤੇ ਏਸ਼ੀਆ ਦੇ ਟ੍ਰਾਇਲ ਸੀਗੇ ਆਫਟਰ 2 ਡੇਸ ਜਿਹੜੇ ਵੀ ਮੁੰਡੇ ਮਤਲਬ ਟੀਨੇਜਰ ਜਆ ਜਾਂ 20 ਤੋਂ 25 ਸਾਲ ਦੇ ਮੁੰਡੇ ਆ ਪਤਾ ਨਹੀਂ ਉਹਨਾਂ ਦੇ ਕੋਚ ਉਹਨਾਂ ਨੂੰ ਕੀ ਯੂਜ਼ ਕਰਾਉਂਦੇ ਆ ਕੀ ਨਹੀਂ ਕਰਾਉਂਦੇ ਇੱਕ ਘਾਰ ਨਹੀਂ ਖਾ ਜਾਂਦਾ ਕਈ ਘਾਰ ਖਾ ਜਾਂਦਾ ਇੱਕ ਬੋਡੀ ਬਿਲਡਰ ਦਾ ਘਾਰ ਦਾ ਬਹੁਤ ਨੋਰਮਲ ਦੀ ਗੱਲ ਹੈ ਜਿਹੜੇ ਮੁੰਡੇ ਬਹੁਤ ਮਤਲਬ ਸਟਰਗਲ ਕਰਦੇ ਆ ਉਹ ਕਈ ਘਾਰ ਖਾ ਕੇ ਬੈਠੇ ਹੋਏ ਆ ਤਾਂ ਹੀ ਬੋਡੀ ਬਣਦੀ ਹੈ ਮੇਰੇ ਹਿਸਾਬ ਨਾਲ ਇਦਾਂ ਬੋਡੀ ਨਹੀਂ ਬਣਦੀ ਸ਼ਸ਼ੀਕਾਲ ਤੁਸੀਂ ਦੇਖ ਰਹੇ ਲੋਧਾਨਾ ਟਾਈਮ ਤੇ ਮੈਂ ਹਾਂ ਸੁਜਲ ਤਵਨ ਅੱਜ ਇਹ ਜੇ ਸ਼ਖਸ਼ਨਾ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦੀ ਜਿਮ ਦੇ ਵਿੱਚ ਐਕਸ ਲੰਦ ਲੰਦੇ ਬਾਈਸੈਪ ਦੀ ਇੰਜਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ ਉਹਨਾਂ ਦਾ ਸੰਘਰਸ਼ ਜਾਰੀ ਰਹਿੰਦਾ ਹੈ ਤੇ ਉਸ ਤੋਂ ਬਾਅਦ ਵੀ ਉਹ ਹਾਰ ਨਹੀਂ ਮੰਨਦੇ ਤੇ ਜਿਮ ਦੇ ਵਿੱਚ ਸੰਘਰਸ਼ ਕਰਦੇ ਦਿਖਾਈ ਦਿੰਦੇ ਨੇ ਜਿੱਥੇ ਕਿਸੇ ਦੇਖਦੇ ਆ ਅਸੀਂ ਜਿਮ ਜਾਂਦੇ ਮੁੰਡਿਆਂ ਨੂੰ ਕੁਝ ਵੀ ਨਿੱਕੀ ਜਿਹੀ ਵੀ ਇੰਜਰੀ ਹੋ ਜਾਂਦੀ ਹੈ ਤੇ ਉਹ 10-10 ਦਿਨ ਘਰੇ ਬਹਿ ਜਾਂਦੇ ਆ ਕਿ ਜਿਮ ਨਹੀਂ ਲਾਣਾ ਜਾਂ ਮਨ ਹਾਰ ਕੇ ਬਹਿ ਜਾਂਦੇ ਆ ਤੇ ਇਹਨਾਂ ਨੇ ਇੰਟਰਨੈਸ਼ਨਲ ਕੰਪੀਟੀਸ਼ਨ ਖੇਡੇ ਨੇ ਸਾਰਾ ਕੁਝ ਕਿੱਡਾ ਹੈ ਮਿਸਟਰ ਇੰਡੀਆ ਮਿਸਟਰ ਵਰਲਡ ਤੇ ਬਾਕੀ ਆਪਾਂ ਦੀ ਸਾਰੀ ਜਾਣਕਾਰੀ ਆਪ ਦੇਣਗੇ ਫਸਟ ਆਫ 올 ਜਿਹੜੀ ਕਿ ਮੇਰਾ ਜਿਹੜਾ ਬਾਈਸ ਸਟੇਅਰ ਹੋਇਆ ਡੈੱਡ ਲਿਫਟ ਲਾਂਦੇ ਤੋਂ ਜਿਹੜੀ ਇੰਜਰੀ ਹੈ ਇੰਜਰੀ ਤੋਂ ਨਿਕਲਣ ਵਾਸਤੇ ਤੁਹਾਨੂੰ ਖੁਦ ਨਾਲ ਲੜਨਾ ਪੈਣਾ ਜੇ ਤੁਸੀਂ ਖੁਦ ਨਾਲ ਲੜੋਗੇ ਤੇ ਇੰਜਰੀ ਛੋਟੀ ਹੋਵੇ ਵੱਡੀ ਹੋਵੇ ਟਾਈਮ ਦੇ ਹਿਸਾਬ ਨਾਲ ਰਿਕਵਰ ਜ਼ਰੂਰ ਹੋ ਜਾਂਦੀ ਹੈ ਸੋ ਹੁਣ ਮੈਂ 100 ਨਹੀਂ ਕਹਿ ਸਕਦਾ 90% ਮੇਰੀ ਬਾਈਸੈਪ ਇੰਜਰੀ ਜਿਹੜੀ ਸੀਗੀ ਉਹ ਹੁਣ ਰਿਕਵਰ ਹੋ ਚੁੱਕੀ ਹੈ ਹੁਣ ਨੈਕਸਟ ਜੋ ਆਪਾਂ ਕਰਾਂਗੇ ਵਧੀਆ ਹੀ ਕਰਾਂਗੇ ਇੱਕ ਮਨ ਤੁਹਾਡਾ ਜਿੱਦਾਂ ਕਮਨ ਟੁੱਟ ਜਾਂਦਾ ਹੈ ਕਿ ਬੰਦਾ ਇੰਨੀ ਵਧੀਆ ਇੱਕ ਇੰਨਾ ਵਧੀਆ ਸਰੀਰ ਬਣਾਉਂਦਾ ਹੈ ਐਨੇ ਰੁਪਏ ਸਰੀਰ ਦੇ ਉੱਤੇ ਲਾ ਕੇ ਤੇ ਉਸ ਤੋਂ ਬਾਅਦ ਇੰਜਰੀ ਹੋ ਜਾਂਦੀ ਹੈ ਕਮਨ ਟੁੱਟ ਜਾਂਦਾ ਹੈ ਐਕਸੇ ਲੰਨ ਦਾ ਦੁਬਾਰਾ ਮਨ ਨਹੀਂ ਕਰਦਾ ਮਨ ਤਾਂ ਬਹੁ ਟੁੱਟਿਆ ਜਿਵੇਂ ਕਿ ਤੁਸੀਂ ਲਗਾ ਲਓ ਮੇਰੀ 18 ਮਈ ਨੂੰ ਇੰਜਰੀ ਹੋਈ ਤੇ 20 ਮਈ ਨੂੰ ਮੇਰੇ ਵਰਲਡ ਤੇ ਏਸ਼ੀਆ ਦੇ ਟ੍ਰਾਇਲ ਸੀਗੇ ਆਫਟਰ 2 ਡੇਸ ਕਿ ਮੈਂ ਟ੍ਰਾਇਲ ਦੇਨੇ ਸੀਗੇ ਵਰਲਡ ਤੇ ਏਸ਼ੀਆ ਦੇ ਕਿ ਅੱਜ ਉਹ ਟੀਮ ਜਿਹੜੀ ਇੰਡੀਆ ਦੀ ਹੈ 6 ਦਸੰਬਰ ਤੋਂ 12 ਦਸੰਬਰ ਫੁਕੜ ਥਾਈਲੈਂਡ ਦੇ ਵਿੱਚ ਆਪਣੀ ਇੰਡੀਆ ਦੀ ਟੀਮ ਗਈ ਆ ਮਿਸਟਰ ਵਰਲਡ ਖੇਲਣ ਉਹਨਾਂ ਨੂੰ ਵੀ ਵੈਸਟ ਵੀ ਸੀ ਹੈ ਮੇਰੇ ਵੱਲੋਂ ਤੇ ਆ ਜਿਹੜਾ ਮੇਰਾ ਵਰਲਡ ਸੀਗਾ ਬਹੁਤ ਮੇਰੇ ਲਈ ਇੰਪੋਰਟੈਂਟ ਸੀਗਾ ਇਹ ਆਪਣੇ ਹੱਥ 'ਚ ਨਹੀਂ ਹੈ ਕਿ ਅਸੀਂ ਆਹ ਕੰਪੀਟੀਸ਼ਨ ਕਰਨਾ ਜੋ ਪ੍ਰਮਾਤਮਾ ਨੇ ਚਾਇਆ ਤੇ ਉਹ ਹੋਣਾ ਵਾ ਇੰਜਰੀ ਜਦੋਂ ਮੇਰੇ ਹੋਈ ਤੇ ਮੈਨੂੰ ਤਾਂ ਲੱਗਿਆ ਕਿ ਮੇਰਾ ਬਹੁਤ ਜ਼ਿਆਦਾ ਲਾਸ ਹੋ ਗਿਆ ਮਸਲ ਆਫਟਰ 20 ਡੇਸ ਸਰਜਰੀ ਹੋਣ ਤੋਂ ਬਾਅਦ ਜਦੋਂ ਮੇਰੀ ਬਾਈਸੈਪ ਦੀ ਸਰਜਰੀ ਹੋਈ ਮਸਲ ਟੇਅਰ ਹੋਇਆ ਤੇ ਮੈਂ ਬਹੁਤ ਜ਼ਿਆਦਾ ਮਤਲਬ ਟੈਨਸ਼ਨ 'ਚ ਸੀਗਾ ਕਿ ਆਹ ਹੋਕ ਹੀ ਗਿਆ ਤੇ ਜਿੱਦਾਂ ਜਿੱਦਾਂ ਟਾਈਮ ਨਿਕਲਦਾ ਗਿਆ 1 ਮੰਥ 2 ਮੰਥ 3 ਮੰਥ 1 2 ਮਹੀਨੇ ਬਾਅਦ 3 ਮਹੀਨੇ ਬਾਅਦ ਜਿੱਦਾਂ ਜਿੱਦਾਂ ਮੈਂ ਐਕਸਰਸਾਈਜ਼ ਹੁਣ ਸ਼ੁਰੂ ਕੀਤੀ ਐ ਤਕਰੀਬਨ ਮੈਨੂੰ 3 ਮਹੀਨੇ ਹੋ ਗਏ ਐਕਸਰਸਾਈਜ਼ ਕਰਦੇ ਕਰਦੇ ਤੇ ਹੁਣ ਮੇਰਾ ਮਸਲ ਰਿਕਵਰ ਹੋ ਚੁੱਕਾ ਹੈ ਜਿੱਦਾਂ ਆਪਾਂ ਦੇਖਦੇ ਆ ਲੋਕੀ ਜਿੱਦਾਂ ਹੁਣ ਇੰਨਾ ਇੰਨਾ ਸਰੀਰ ਬਣਾਉਂਦੇ ਆ ਸਟੀਰੋਇਡ ਸਪਲੀਮੈਂਟ ਡਾਈਟ ਇਹਨਾਂ ਚੀਜ਼ਾਂ ਆਪਣੇ ਬੋਡੀ ਬਿਲਡਿੰਗ ਲਾਈਨ ਦੇ ਵਿੱਚ ਬਹੁਤ ਜ਼ਰੂਰੀ ਹੈ ਤੇ ਜਿੱਥੇ ਨਾ ਕਿਤੇ ਇੰਜਰੀ ਹੋ ਜਾਂਦੀ ਹੈ ਕਿਸੇ ਨੂੰ ਕਿ ਇਹਨੇ ਤਾਂ ਸਟੀਰੋਇਡ ਲਿੱਤੇ ਹੋਣੇ ਇਹਨੇ ਡੱਬੇ ਖਾਦੇ ਹੋਣੇ ਤਾਂ ਕਰਕੇ ਉਹਦਾ ਇਦਾਂ ਹੋ ਗਿਆ ਇਹ ਚੀਜ਼ਾਂ ਤੁਹਾਨੂੰ ਵੀ ਫੇਸ ਕਰਨ ਨੂੰ ਮਿਲੀਆਂ ਸੀਗੀਆਂ ਆ ਫੇਸ ਕਰਨ ਨੂੰ ਤਾਂ ਬਹੁਤ ਕੁਝ ਮਿਲਦਾ ਵਾ ਲੋਕਾਂ ਦਾ ਦਾ ਕੰਮ ਹੈ ਬੋਲਣ ਦਾ ਉਹ ਬੋਲੀ ਜਾਣ ਕੋਈ ਗੱਲ ਨਹੀਂ ਅੱਛੇ ਸਪਲੀਮੈਂਟ ਖਾਓ ਨੇਚਰਲ ਡਾਈਟ ਲਵੋ ਜਿਹੜਾ ਸਟੀਰੋਇਡ ਦਾ ਮੈਟਰ ਹੈ ਉਹ ਤਾਂ ਅੱਜਕੱਲ ਮੇਰੇ ਹਿਸਾਬ ਨਾਲ ਤਾਂ ਨੋਰਮਲੀ ਹੋ ਗਿਆ ਕਿ ਜਿਹੜੇ ਵੀ ਮੁੰਡੇ ਮਤਲਬ ਟੀਨੇਜਰ ਚ ਹੈ ਜਾਂ 20 ਤੋਂ 25 ਸਾਲ ਦੇ ਮੁੰਡੇ ਆ ਪਤਾ ਨਹੀਂ ਉਹਨਾਂ ਦੇ ਕੋਚ ਉਹਨਾਂ ਨੂੰ ਕੀ ਯੂਜ਼ ਕਰਾਉਂਦੇ ਆ ਕੀ ਨਹੀਂ ਕਰਾਉਂਦੇ ਬਟ ਘੱਟੋ ਘੱਟ 15 ਸਾਲ ਹੋ ਗਏ ਐਕਸਰਸਾਈਜ਼ ਲਾਉਂਦੇ ਬਹੁਤ ਡਾਈਟ ਖਾਦੀ ਐ ਜਿਹਦੇ ਕਰਕੇ ਅਸੀਂ ਜਲਦੀ ਰਿਕਵਰ ਹੋ ਚੁੱਕੇ ਆ ਤੇ ਬਾਕੀ ਜਿਹੜੇ ਬੋਲਦੇ ਆ ਉਹਨਾਂ ਨੂੰ ਬੋਲੀ ਜਾਣ ਦੋ ਉਹਨਾਂ ਨੇ ਤਾਂ ਬੋਲੀ ਜਾਣਾ ਨੀ ਤੋ ਤੁਸੀਂ ਵੀ ਕਿਸੇ ਦੀ ਅੰਡਰ ਗਾਈਡੈਂਸ ਅੰਡਰ ਟ੍ਰੇਨਿੰਗ ਤੁਸੀਂ ਦੀ ਵੀ ਕਿਸੇ ਦੀ ਹੋਵੋਗੇ ਜਾਂ ਤੁਹਾਡਾ ਵੀ ਕੋਈ ਕੋਚ ਹੈਗਾ ਜਿਹੜਾ ਤੁਹਾਨੂੰ ਗਾਈਡ ਕਰ ਰਿਹਾ ਸੀ ਉਸ ਟਾਈਮ ਤੇ ਮੇਰਾ ਕੋਚ ਤਾਂ ਜਿਹੜਾ ਸੀਗਾ ਮੇਰੀ ਆਪ ਦੀ ਜਿਹੜੀ ਮਤਲਬ ਸਟਰੈਂਥ ਸੀਗੀ ਜਾਂ ਆਪ ਦਾ ਜਿਹੜਾ ਉਹਨੂੰ ਕਹਿੰਦੇ ਐਕਸਪੀਰੀਅੰਸ ਸੀਗਾ ਉਹਦੇ ਕਰਕੇ ਮੈਂ ਇੰਜਰੀ ਚ ਨਿਕਲਿਆ ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ ਕਿ ਤੂੰ ਇੱਦਾਂ ਕਰ ਜਾ ਉਦਾਂ ਕਰ ਤੁਸੀਂ ਅੰਡਰ ਗਾਈਡੈਂਸ ਦਾ ਮਤਲਬ ਜਿਮ ਨਹੀਂ ਲਗਾ ਰਹੇ ਸੀ ਜਿਸ ਕਰਕੇ ਤੁਹਾਨੂੰ ਮਤਲਬ ਇੰਜਰੀ ਫੇਸ ਕਰਨੀ ਪੈਗੀ ਮੇਰਾ ਤਾਂ ਕੋਚ ਵੈਸੇ ਤਾਂ ਮੈਂ ਆਪ ਹੀ ਆ ਜਿਹੜੀ ਮੈਨੂੰ ਇੰਜਰੀ ਹੋਈ ਉਦੋਂ ਮੈਂ ਜਿਮ 'ਚ ਗਿਆ ਸੀਗਾ ਜਿਮ 'ਚ ਜਾ ਕੇ ਮੈਂ ਕੋਈ ਵਾਰਮ-ਅਪ ਨਹੀਂ ਕੀਤਾ ਕੁਛ ਨਹੀਂ ਕੀਤਾ ਤੇ 200 ਕਿਲੋ ਦੀ ਡੈੱਡ ਲਿਫਟ ਨੂੰ ਮੈਂ ਲਿਫਟ ਤਾਂ ਕਰਤਾ ਸੀਗਾ ਲਿਫਟ ਕਰਨ ਤੋਂ ਬਾਅਦ ਮੇਰਾ ਬਾਈਸੈਪਸ ਉੱਪਰ ਟੇਅਰ ਹੋ ਗਿਆ ਜਦੋਂ ਬਾਈਸੈਪ ਚੜਿਆ ਤੇ ਬੋਡੀ ਮੇਰੀ ਬਿਲਕੁਲ ਹੀ ਐ ਠੰਡੀ ਸੀਗੀ ਮਤਲਬ ਕਿ ਮੈਂ ਵਾਰਮ-ਅਪ ਨਹੀਂ ਹੋਇਆ ਹੋਇਆ ਸੀ ਤੇ ਉਸ ਤੋਂ ਬਾਅਦ ਤੁਸੀਂ ਮਤਲਬ ਕਿਸੇ ਡਾਕਟਰ ਤੋਂ ਇਲਾਜ ਕਰਕੇ ਡਾਕਟਰ ਤੋਂ ਇਲਾਜ ਕਰਾਇਆ ਜਾਂ ਕਿਸ ਹਸਪੀਟਲ ਦੇ ਵਿੱਚ ਤੁਸੀਂ ਇਮੀਡੀਏਟਲੀ ਗਏ ਤਾਕੀ ਜੇ ਕੱਲ ਨੂੰ ਕਿਸੇ ਨੂੰ ਹੋ ਜਾਂਦੀ ਹੈ ਤਾਂ ਤੁਸੀਂ ਕੀ ਗਾਈਡ ਕਰਨਾ ਚਾਹੁੰਦੇ ਹੋ ਫਿਰ ਸੋ ਜਦੋਂ ਮੈਨੂੰ ਇੰਜਰੀ ਹੋਈ ਚੰਡੀਗੜ੍ਹ ਡਾਕਟਰ ਦੱਸਿਆ ਫਿਰ ਮੈਂ ਉਹਨਾਂ ਕੋਲ ਗਿਆ ਉਹਨਾਂ ਨੇ ਫਿਰ ਮੈਨੂੰ ਗਾਈਡ ਕੀਤਾ ਇੱਕ ਸ਼ਾਮ ਸਿੰਘ ਸ਼ੇਰਾ ਆਪਣੇ ਬਹੁਤ ਮਤਲਬ ਪ੍ਰੇਮੀ ਹੈ ਮੇਰੇ ਫਰੈਂਡ ਹੈ ਉਹਨਾਂ ਨੇ ਵੀ ਮੈਨੂੰ ਗਾਈਡ ਕੀਤਾ ਕਿ ਸ਼ਾਇਦ ਹੋ ਸਕਦਾ ਹੈ ਕਿ ਤੇਰਾ ਮਸਲ ਟੇਅਰ ਹੋਇਆ ਹੋਵੇ ਕਿ ਇੱਦਾਂ ਦਾ ਹੋ ਸਕਦਾ ਇਹਨਾਂ ਨੇ ਫਿਰ ਜਦੋਂ ਮੈਨੂੰ ਗਾਈਡ ਕੀਤਾ ਫਿਰ ਮੈਂ ਉੱਥੇ ਗਿਆ ਜਾ ਕੇ ਜਦੋਂ ਮੈਂ ਆਪਣਾ ਐਮ ਆਰ ਆਈ ਕਰਾਈ ਤੇ ਮੇਰਾ 3rd ਡਿਗਰੀ ਬਾਈਸਪਸ ਟੇਅਰ ਸੀਗਾ ਤੇ ਤੁਸੀਂ ਹੁਣ ਅੱਗੇ ਅੱਗੇ ਤੁਸੀਂ ਕੀ ਸੋਚਿਆ ਕਿ ਅੱਗੇ ਤੁਸੀਂ ਕਰੋਗੇ ਕੀ ਕਿਉਂਕਿ ਤੁਸੀਂ ਇੰਨੀ ਸੰਘਰਸ਼ ਕੀਤੀ ਐ ਆਪਣਾ ਇੱਕ ਕਹਿੰਦੇ ਆ ਕਿ ਘਰ ਖਾ ਜਾਂਦਾ ਜੇ ਕਿ ਬੋਡੀ ਬਿਲਡਰ ਸਹੀ ਤਿਆਰ ਹੁੰਦਾ ਤੇ ਇਹ ਗੱਲਾਂ ਕੀ ਸੱਚ ਨੇ ਕਿ ਹਾਂ ਘਰ ਖਾ ਜਾਂਦਾ ਬੋਡੀ ਬਿਲਡਰ ਜਦੋਂ ਤਿਆਰ ਹੁੰਦਾ ਦੇਖੋ ਬੋਡੀ ਬਿਲਡਰ ਜੋ ਵੀ ਆਪਣਾ ਜਾਂ ਪਰਸਨਲ ਟ੍ਰੇਨਿੰਗ ਜਾਂ ਟ੍ਰੇਨਿੰਗ ਆ ਦੇ ਕੇ ਜਾਂ ਫਿਰ ਕੋਈ ਵੀ ਬਿਜ਼ਨਸ ਕਰਦਾ ਜਿੰਮ ਦਾ ਜਾਂ ਸਪਲੀਮੈਂਟ ਦਾ ਕੁਝ ਵੀ ਕਰਦਾ ਉਹ ਤਾਂ ਵੈਸੇ ਲਗਾ ਲਓ ਇੱਕ ਨੋਰਮਲ ਜੀ ਇਨਕਮ ਆ ਉਹ ਤਾਂ ਬੋਡੀ ਤੇ ਲੱਗ ਜਾਂਦੀ ਐ ਇੱਕ ਘਾਰ ਨਹੀਂ ਖਾ ਜਾਂਦਾ ਕਈ ਘਰ ਖਾ ਜਾਂਦਾ ਇੱਕ ਬੋਡੀ ਬਿਲਡਰ ਦਾ ਘਰ ਤਾਂ ਬਹੁਤ ਨਾਰਮਲ ਜੀ ਗੱਲ ਹੈ ਜਿਹੜੇ ਮੁੰਡੇ ਬਹੁਤ ਮਤਲਬ ਸਟਰਗਲ ਕਰਦੇ ਆ ਉਹ ਕਈ ਘਰ ਖਾ ਕੇ ਬੈਠੇ ਹੋਏ ਆ ਤਾਂ ਹੀ ਬੋਡੀ ਬਣਦੀ ਹੈ ਮੇਰੇ ਹਿਸਾਬ ਨਾਲ ਇਦਾਂ ਬੋਡੀ ਨਹੀਂ ਬਣਦੀ ਤੇ ਹੁਣ ਅੱਗੇ ਦੀ ਕੀ ਤਿਆਰੀ ਹੈ ਤੁਹਾਡੀ ਕਿਹੜਾ ਕੰਪੀਟੀਸ਼ਨ ਅੱਗੇ ਜਿਹੜਾ ਤੁਸੀਂ ਅੱਗੇ ਖੇਡੋਗੇ ਸੋ ਨੈਕਸਟ ਇਅਰ ਆਪਾਂ ਪਹਿਲੇ ਪਲਾਨ ਕਰਾਂਗੇ ਸੀਨੀਅਰ ਨੈਸ਼ਨਲ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਨਵੰਬਰ ਦੇ ਵਿੱਚ ਕੋਰੀਆ ਹੋ ਰਿਹਾ ਮਿਸਟਰ ਵਰਲਡ ਉਹ ਕਰਾਂਗੇ ਤੇ ਤੁਸੀਂ ਇੱਕੀ ਮੈਸੇਜ ਦੇਣਾ ਜਾਉਂਗੇ ਜਿਹੜੇ ਜਿਮ ਗੋਇੰਗ ਸਟੂਡੈਂਟ ਹੈ ਜਿਨ੍ਹਾਂ ਨੂੰ ਅੰਡਰ ਗਾਈਡਨਸ ਹੋ ਨਹੀਂ ਹੈਗੀ ਕਿਸੇ ਦੀ ਆ ਕੇ ਕੁਝ ਵੀ ਅੱਦਾ ਦੀ ਗਲਤ ਚੀਜ਼ਾਂ ਖਾ ਵੀ ਲੈਂਦੇ ਆ ਸਪਲੀਮੈਂਟ ਲੈ ਲੈਂਦੇ ਆ ਸਟੀਰੋਇਡ ਲੈ ਲੈਂਦੇ ਆ ਤੇ ਬੋਡੀ ਜਿਨ੍ਹਾਂ ਦੀ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਮੈਂ ਤਾਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਵਾਂ ਕਿ ਤੁਸੀਂ ਨੈਚੁਰਲ ਡਾਈਟ ਤੇ ਜ਼ਿਆਦਾ ਫੋਕਸ ਕਰੋ ਅੱਛੀ ਡਾਈਟ ਖਾਓ ਤੁਸੀਂ ਕਿਸੇ ਨੂੰ ਵੀ ਆਪਣਾ ਮਤਲਬ ਟ੍ਰੇਨਰ ਮੰਨਦੇ ਹੋ ਜਾਂ ਉਸਤਾਦ ਜਾਂ ਫਿਰ ਆਪਣਾ ਉਸਤਾਦ ਮੰਨਦੇ ਹੋ ਜਾਂ ਗੁਰੂ ਮੰਨਦੇ ਹੋ अच्छे बंदे को ट्रेनिंग लो अच्छी नेचुरल डाइट खाओ सप्लीमेंट खाओ ਤੇ 스테로이드 ਜਿਹੜਾ ਉਹ ਇੱਕ ਟਾਈਮ ਦੇ ਹਿਸਾਬ ਨਾਲ ਯੂਜ਼ ਕਰੀਦਾ ਵਾ ਮਤਲਬ ਇੱਕ ਉਮਰ ਹੁੰਦੀ ਹੈ ਲਗਾ ਲਓ ਜੇ ਤੁਸੀਂ 30 35 ਸਾਲ ਦੇ ਹੋ ਜਾਂ ਤੁਸੀਂ ਪ੍ਰੋ ਬਾਡੀ ਬਿਲਡਰ ਹੋ ਬਹੁਤ ਉੱਚੇ ਲੈਵਲ ਤੇ ਤੁਸੀਂ ਬਾਡੀ ਬਿਲਡਿੰਗ ਕਰਨੀ ਇੰਟਰਨੈਸ਼ਨਲ ਲੈਵਲ ਤੇ अदरवाइज ਤਾਂ ਹੀ ਯੂਜ਼ ਕਰਨ ਦਾ ਤੁਹਾਨੂੰ ਫਾਇਦਾ ਤੇ 스테로이드 ਯੂਜ਼ ਕਰਨ ਦਾ ਕੋਈ ਇਦਾਂ ਦਾ ਫਾਇਦਾ ਨਹੀਂ ਜੇ ਤੁਸੀਂ ਨਾਰਮਲ ਬੋਡੀ ਆਪਣੀ ਫਿਟ ਕਰਨੀ ਹੈ ਤੁਸੀਂ ਨੈਚੁਰਲ ਡਾਈਟ ਤੇ ਸਪਲੀਮੈਂਟ ਨਾ ਵੀ ਕਰ ਸਕਦੇ ਹੋ ਔਰ ਤੁਹਾਡਾ ਕੋਈ ਅੱਛਾ ਕੋਚ ਹੋਵੇ ਤੇ ਉਹਰੇ ਕੋ ਗਾਈਡੈਂਸ ਲਵੋ ਤੇ ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਆਪਣੀ ਜੇਕਰ ਤੁਸੀਂ ਬੋਡੀ ਨੂੰ ਫਿਟ ਕਰਨਾ ਹੈ ਜਾਂ ਕਿ ਬੋਡੀ ਨਾਲ ਜਾਂ ਕੰਪੀਟੀਸ਼ਨ ਖੇਡਣਾ ਹੈਗੇ ਤੇ ਤੁਸੀਂ ਪੂਰੀ ਅੰਡਰ ਗਾਈਡੈਂਸ ਚੱਲੋ ਕਿ ਸਟੀਰੋਇਡ ਜਾਂ ਸਪਲੀਮੈਂਟ ਕਿਸੇ ਅਨਨੋਨ ਦੀ ਰੈਫਰੈਂਸ ਦੇ ਵਿੱਚ ਨਾ ਲਵੋ ਜਿੱਦਾਂ ਕਿ ਇਹਨਾਂ ਨੇ ਵੀ ਸੰਘਰਸ਼ ਕੀਤਾ ਹੈ ਲਾਈਫ ਦੇ ਵਿੱਚ ਪੂਰਾ ਆਪਣਾ ਮਤਲਬ ਜੀ ਜਾਨ ਦਿੱਤੀ ਹੈ ਤੇ ਇੱਕ ਇਹਨਾਂ ਨੇ ਮਿਹਨਤ ਕੀਤੀ ਹੈ ਮਿਹਨਤ ਕਰਨ ਤੋਂ ਬਾਅਦ ਉਸ ਮੁਕਾਮ ਤੇ ਨਹੀਂ ਪਹੁੰਚ ਪਾਏ ਜਿਸ ਮੁਕਾਮ ਤੇ ਇਹਨਾਂ ਨੇ 2 ਦਿਨ ਬਾਅਦ ਪਹੁੰਚਣਾ ਸੀਗਾ ਤੇ ਇੱਕ ਮਨ ਨੂੰ ਠੋਸ ਪਹੁੰਚਦੀ ਹੈ ਕਿਉਂਕਿ ਉਹ ਅੰਡਰ ਗਾਈਡੈਂਸ ਵੀ ਉਸ ਟਾਈਮ ਨਹੀਂ ਸੀਗੀ ਜੇਕਰ ਅੰਡਰ ਗਾਈਡੈਂਸ ਹੁੰਦੇ ਤੇ ਕੋਈ ਨਾ ਕੋਈ ਕੋਚ ਹੁੰਦਾ ਸਿਰ ਦੇ ਉੱਤੇ ਤਾਂ ਉਹ ਵਾਰਮ ਅਪ ਕਰ ਲੈਂਦੇ ਵਾਰਮ ਅਪ ਕਰਨ ਤੋਂ ਬਾਅਦ ਲਾਂਦੇ ਤੇ ਅੱਜ ਉਹਨਾਂ ਨੂੰ ਉਹ ਚੀਜ਼ ਵੀ ਨਹੀਂ ਫੇਸ ਕਰਨੀ ਪੈਂਦੀ ਤੇ ਹੋਰ ਇਦਾਂ ਦੇ ਵਧੇਰੇ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮ ਕੈਮਰਾਮੈਨ ਸਤਵੰਤ ਮਠਾਰੂ ਦੇ ਨਾਲ ਮੈਂ ਸੁਜਲ ਤਵਨ